Football! असी 2011 तो बेरोजगार हाँ ਸਾਨੂੰ ਸਾਡੀ ਮੰਗ ਇਹ ਹੈ ਕਿ ਮੁੱਖ ਮੰਤਰੀ ਪੰਜਾਬ ਦੇ ਬੇਰੋਜ਼ਗਾਰ ਅਧਿਆਪਕਾਂ ਦੇ ਨਾਲ ਮੀਟਿੰਗ ਕਰਨ ਭਾਵੇਂ ਪਿਛਲੇ 4 ਸਾਲਾਂ ਤੋਂ ਕੀਤੀ ਨਹੀਂ ਗਈ ਪ੍ਰਸ਼ਾਸਨ ਵੱਲੋਂ ਇਹ ਹੈ ਕਿ ਉਹਨਾਂ ਦੀ ਥਾਂ ਤੇ ਇਕੱਲੇ ਸ਼੍ਰੇਸ਼ ਕੁਮਾਰ ਕਰਦੇ ਪਹਿਲੀ ਗੱਲ ਤੇ ਦੁੱਖ ਦੀ ਗੱਲ ਇਹ ਹੈ ਕਿ ਇੱਕ ਜਿਹੜਾ ਆਫੀਸਰ ਹੈ ਜਿਹੜਾ ਅਫਸਰ ਹੈ ਜਿਹੜਾ ਲੋਕਾਂ 'ਚ ਇਸ ਗੱਲ ਦਾ ਵਿਸ਼ਵਾਸ ਨਹੀਂ ਉਹਨਾਂ ਦਾ ਲੋਕਾਂ ਨੇ ਵੋਟਾਂ ਪਾ ਕੇ ਵੱਖ ਵੱਖ ਕਾਂਗਰਸ ਦੇ ਵਿਧਾਇਕਾਂ ਰਾਹੀਂ ਸੀਐਮ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਬਣਾਇਆ ਪੰਜਾਬ ਦੇ ਲੋਕ ਪੰਜਾਬ ਦੇ ਬੇਰੋਜ਼ਗਾਰ ਉਹਨਾਂ ਤੋਂ ਆਸ ਕਰਦੇ ਆ ਫਿਰ ਵੀ ਇਹਨਾਂ ਵੱਲੋਂ ਇਹ ਹੈ ਕਿ ਪੰਜਾਬ ਦੀ ਸਰਕਾਰ ਜਿਹਦੇ ਤੋਂ ਇਹ ਗੱਲ ਸਪਸ਼ਟ ਹੋ ਗਈ ਕਿ ਆਈਐਸ ਲੋਬੀ ਚਲਾ ਰਹੀ ਹੈ ਇਹਨਾਂ ਨੇ ਕਿਹਾ ਕਿ ਤੁਹਾਡੀ ਸ਼੍ਰੇਸ਼ ਕੁਮਾਰ ਦੇ ਨਾਲ ਮੀਟਿੰਗ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਕਰਵਾਉਣੇ ਆ 12 ਤਰੀਕ ਵਾਸਤੇ ਕਿ 12 ਤਰੀਕ ਨੂੰ ਤੁਹਾਡੀ ਮੀਟਿੰਗ ਕਰਵਾਉਣੀ ਆ ਬੇਰੋਜ਼ਗਾਰ ਅਸੀਂ ਇਸ ਗੱਲ ਤੇ ਮੀਟਿੰਗ ਕਰਨ ਜਾ ਰਹੇ ਆ ਕਿ 12 ਤਰੀਕ ਬਹੁਤ ਦੂਰ ਹੈ ਕਿਉਂਕਿ ਬਹੁਤ ਤੇਜ਼ੀ ਦੇ ਨਾਲ ਚੋਣ ਜ਼ਾਬਤਾ ਲਾਗੂ ਹੋਣ ਜਾ ਰਿਹਾ ਹੈ ਅਸੀਂ ਇਸ ਗੱਲ ਤੇ ਬੇਰੋਜ਼ਗਾਰ ਸਾਂਝੇ ਮੋਰਚੇ ਦੀ ਮੀਟਿੰਗ ਕਰਕੇ 12 ਤਰੀਕ ਵਾਸਤੇ ਜੇ ਸਾਨੂੰ ਯਕੀਨੀ ਮੀਟਿੰਗ ਮਿਲਦੀ ਹੈ ਬੇਰੋਜ਼ਗਾਰਾਂ ਦੀ ਸਹਿਮਤੀ ਹੁੰਦੀ ਹੈ ਤਾਂ ਅਸੀਂ ਇਹ ਜਿਹੜੇ ਅੱਜ ਦੀ ਮੀਟਿੰਗ ਲੈ ਕੇ ਜਾਵਾਂਗੇ ਨਹੀਂ ਫਿਰ ਜਿਹੜੇ ਜੇਲ੍ਹ ਜਿਹੜੇ ਥਾਣੇ ਪੰਜਾਬ ਸਰਕਾਰ ਨੇ ਪਟਿਆਲਾ ਪ੍ਰਸ਼ਾਸਨ ਨੇ ਬੇਰੋਜ਼ਗਾਰਾਂ ਨੂੰ ਡੱਕਣਾ ਹੋਇਆ ਅਸੀਂ ਤਿਆਰ ਹਾਂ ਕਿੰਨੇ ਸਾਥੀ ਤੁਹਾਡੇ ਗ੍ਰਿਫਤਾਰ ਕੀਤੇ ਗਏ ਕਰੀਬ 55-60 ਸਾਥੀ ਸਾਡੇ ਜਿਹੜੇ ਪੁਨਰ ਰੇਹੜੀ ਥਾਣੇ ਦੇ ਵਿੱਚ ਡੱਕੇ ਹੋਏ ਨੇ ਜਿਹੜੇ ਵੱਖ-ਵੱਖ ਤਰੀਕਿਆਂ ਦੇ ਨਾਲ ਮੋਤੀ ਮਹਿਲ ਦੇ ਨੇੜੇ ਪਹੁੰਚੇ ਸੀ ਦੋ ਪਾਸਿਆਂ ਤੋਂ ਪਹੁੰਚੇ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਥਾਣਿਆਂ ਦੇ ਵਿੱਚ ਡੱਕਿਆ ਹੋਇਆ ਹੈ ਅਸੀਂ ਇਸ ਗੱਲ ਦੀ ਸਵੇਰ ਤੋਂ ਅਨਾਉਂਸਮੈਂਟ ਕਰ ਰਹੇ ਹਾਂ ਕਿ ਸਾਨੂੰ ਉਹਨਾਂ ਦੀ ਕੋਈ ਰਿਹਾਈ ਦੀ ਲੋੜ ਨਹੀਂ ਜਿਹੜੀ ਕਾਰਵਾਈ ਕਰਨੀ ਹੈ ਕਾਰਵਾਈ ਕਰਕੇ ਜੇਲ੍ਹਾਂ ਦੇ ਵਿੱਚ ਡੱਕਿਆ ਜਾਵੇ ਪੰਜਾਬ ਦੇ ਵਿੱਚ ਲੋਕਾਂ ਨੂੰ ਪਤਾ ਲੱਗੇ ਕਿ ਜਿਨ੍ਹਾਂ ਨੇ ਇਸ ਆਸ ਦੇ ਨਾਲ ਘਰ-ਘਰ ਰੋਜ਼ਗਾਰ ਦੀ ਨੌਕਰੀ ਦੀ ਆਸ ਦੇ ਨਾਲ ਵੋਟਾਂ ਪਾ ਕੇ ਕਾਂਗਰਸ ਸਰਕਾਰ ਨੂੰ ਸੱਤਾ ਦਿੱਤੀ ਸੀ ਅੱਜ ਉਹੀ ਕਾਂਗਰਸ ਸਰਕਾਰ ਪੰਜਾਬ ਦੇ ਬੇਰੋਜ਼ਗਾਰਾਂ ਨੂੰ ਜੇਲ੍ਹਾਂ ਦੇ ਰਹੀ ਹੈ ਉਹਨਾਂ ਦੇ ਪਰਚੇ ਦਰਜ ਕਰ ਰਹੀ ਹੈ ਜੇਲ੍ਹਾਂ ਦੇ ਵਿੱਚ ਡੱਕ ਰਹੀ ਹੈ ਅਸੀਂ ਵੀ ਚਾਹੁੰਦੇ ਹਾਂ ਕਿ ਸਾਨੂੰ ਜਿਹੜੇ ਤਰੀਕੇ ਦੇ ਨਾਲ ਜੇਲ੍ਹਾਂ ਦੇ ਵਿੱਚ ਡੱਕਣਾ ਡੱਕਿਆ ਜਾਵੇ ਅਸੀਂ ਰੋਜ਼ਗਾਰ ਲੈ ਬਣਾ ਜਿਹੜਾ ਇੱਥੋਂ ਨਹੀਂ ਮੁੜਾਂਗੇ ਜੀ ਮੀਟਿੰਗ ਦੀ ਸਿੱਟਾ ਨਹੀਂ ਨਿਕਲਿਆ ਤਾਂ ਕੀ ਰਣਨੀਤੀ ਰਹੇਗੀ ਹੁਣ ਦੀ ਅੱਗੇ ਜੇਕਰ ਮੀਟਿੰਗ ਬੜੀ ਗੱਲ ਤੇ ਸਹਿਮਤੀ ਨਹੀਂ ਬਣਦੀ ਤਾਂ ਫਿਰ ਅਸੀਂ ਮੋਤੀ ਮਹਿਲ ਨੂੰ ਮਾਰਚ ਕਰਾਂਗੇ ਬਹੁਤ ਥੋੜੇ ਸਮੇਂ ਬਾਅਦ ਜੇਕਰ ਸਾਡੀ ਮੀਟਿੰਗ ਨਹੀਂ ਫਿਕਸ ਕਰਵਾਈ ਜਾਂਦੀ ਜਾਂ ਡੇਟ ਤੇ ਸਹਿਮਤੀ ਨਹੀਂ ਬਣਦੀ ਤਾਂ ਅਸੀਂ ਫਿਰ ਮੋਤੀ ਮਹਿਲ ਨੂੰ ਮਾਰਚ ਕਰਾਂਗੇ ਬਹੁਤ ਥੋੜੇ ਸਮੇਂ ਬਾਅਦ ਜੀ